ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸਾਲ ਤੁਸੀਂ ਦੇਖ ਰਹੇ ਹੋ YouTube ਚੈਨਲ GPS ਮਾਨੀ ਖੇੜਾ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਵੀਂ ਸ਼੍ਰੇਣੀ ਦੇ ਗਣਿਤ ਵਿਸ਼ੇ ਦੇ ਚੌਥੇ ਚੈਪਟਰ ਦੇ ਜਿਸ ਦਾ ਨਾਮ ਹੈ ਪின்னਾਤਮਕ ਸੰਖਿਆਵਾਂ ਯਾਨੀ ਕਿ ਫ੍ਰੈਕਸ਼ਨ ਨੰਬਰਸ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਦੇ ਪਹਿਲੇ ਭਾਗ ਦੀ ਤਾਂ ਪਹਿਲੇ ਭਾਗ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜਾ ਸਵਾਲ ਹੈ ਉਹ ਹੀ ਕਰਾਂਗੇ ਕਿ ਪின்னਾਤਮਕ ਸੰਖਿਆਵਾਂ ਕੀ ਹੁੰਦੀਆਂ ਹਨ ਉਹਨਾਂ ਨੂੰ ਆਪਾਂ ਜਾਣਨ ਲਈ ਕੁਝ ਐਗਜ਼ਾਮਪਲਸ ਦੀ ਮਦਦ ਲਵਾਂਗੇ ਤਾਂ ਪਹਿਲੀ ਐਗਜ਼ਾਮਪਲ ਦੇਖੋ ਤੁਸੀਂ ਪਹਿਲੀ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਚਾਰ ਵਰਗ ਨਜ਼ਰ ਆ ਰਹੇ ਹੋਣਗੇ 4 ਸਕੁਅਰਸ ਤੁਸੀਂ ਦੇਖ ਰਹੇ ਹੋਵੋਗੇ ਠੀਕ ਹੈ 1 2 3 4 ਤਾਂ ਇਹ ਚਾਰ ਸਕੁਅਰਸ ਨੇ ਜਿਨ੍ਹਾਂ ਨੂੰ ਧਿਆਨ ਨਾਲ ਦੇਖਣਾ ਹੈ ਤੁਸੀਂ ਇਹਨਾਂ ਚਾਰ ਸਕੁਅਰਸ ਦੇ ਵਿੱਚੋਂ ਜਿਹੜਾ ਇੱਕ ਸਕੁਅਰ ਹੈ ਮੈਂ ਉਸ ਦੇ ਵਿੱਚ ਲਾਈਨਾਂ ਲਗਾਈਆਂ ਹਨ ਤਾਂ ਮੈਂ ਇਸ ਨੂੰ ਰੰਗਦਾਰ ਜਿਹੜਾ ਹੈ ਉਹ ਸਕੁਅਰ ਕਹਾਗਾ ਕਿ ਜਿਹੜੇ ਬਾਕੀ ਤਿੰਨ ਸਕੁਅਰ ਹਨ ਇਹ ਬਿਨਾ ਰੰਗਦਾਰ ਹਨ ਇਹਨਾਂ ਦੇ ਵਿੱਚ ਮੈਂ ਲਾਈਨਾਂ ਨਹੀਂ ਲਗਾਈਆਂ ਇਸ ਲਈ ਮੈਂ ਇਹਨਾਂ ਨੂੰ ਬਿਨਾ ਰੰਗਦਾਰ ਸਕੁਅਰਸ ਕਹਾਗਾ ਜੇਕਰ ਮੈਂ ਕਹਾ ਕਿ ਆ ਇੱਕ ਐਗਜ਼ਾਮਪਲ ਹੈ ਇਸ ਐਗਜ਼ਾਮਪਲ ਦੇ ਵਿੱਚ ਤੁਸੀਂ ਮੈਨੂੰ ਇਹ ਦੱਸਣਾ ਹੈ ਇਹਦੇ ਵਿੱਚ ਜਿਹੜਾ ਰੰਗਦਾਰ ਭਾਗ ਹੈ ਉਹ ਕਿੰਨਾ ਹੈ ਰੰਗਦਾਰ ਭਾਗ ਤੋਂ ਪਾਓ ਸ਼ੈਡੀਡ ਪਾਰ ਠੀਕ ਹੈ ਤਾਂ ਦੇਖੋ ਤੁਸੀਂ ਰੰਗਦਾਰ ਭਾਗ ਲੱਭਣ ਲਈ ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ ਜਿੰਨੇ ਵੀ ਸਕੁਅਰ ਤੁਹਾਨੂੰ ਦਿੱਤੇ ਗਏ ਹਨ ਤਾਂ ਤੁਸੀਂ ਉਹਨਾਂ ਦੀ ਕਾਊਂਟਿੰਗ ਕਰੋਗੇ ਗਿਣ ਲੋਗੇ ਤਾਂ ਆਪਾਂ ਕਿੰਨੇ ਸਕੁਅਰ ਨੇ ਆਪਣੇ ਕੋਲੇ 4 ਸਕੁਅਰ ਨੇ ਤਾਂ ਤੁਸੀਂ ਇੱਕ ਲਾਈਨ ਲਗਾਉਂਗੇ ਇੱਥੇ ਤੇ ਇਹਦੇ ਥੱਲੇ ਤੁਸੀਂ ਕੀ ਲਿਖਦੋਂਗੇ 4 ਲਿਖ ਦੋਂਗੇ ਤੇ ਹੁਣ ਤੁਸੀਂ ਦੇਖੋ ਜੋ ਤੁਸੀਂ ਪਤਾ ਕਰਨਾ ਹੈ ਆਪਾਂ ਪਤਾ ਕੀ ਕਰਨਾ ਸੀ ਆਪਾਂ ਕਰਨਾ ਸੀ ਰੰਗਦਾਰ ਭਾਗ ਪਤਾ ਕਰਨਾ ਸੀ ਵੀ ਇਹਨਾਂ ਚਾਰਾਂ ਨੂੰ ਆਪਾਂ ਦੇਖੀਏ ਤਾਂ ਇਹਨਾਂ ਚਾਰਾਂ ਦੇ ਵਿੱਚ ਰੰਗਦਾਰ ਭਾਗ ਕਿੰਨਾ ਹੈ ਠੀਕ ਹੈ ਤਾਂ ਰੰਗਦਾਰ ਭਾਗ ਕਿੰਨਾ ਹੈ ਚਾਰਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਇੱਕ ਹੀ ਆਪਾਂ ਦੇਖੋ ਇੱਕ ਹੀ ਸਕੁਅਰ ਜਿਹੜਾ ਹੈ ਉਸ ਨੂੰ ਰੰਗ ਕੀਤਾ ਹੈ ਆਪਾਂ ਬਾਕੀ ਬਾਕੀ ਤਿੰਨ ਸਕੁਅਰਸ ਨੂੰ ਰੰਗ ਨਹੀਂ ਕੀਤਾ ਹੋਇਆ ਇਸ ਨੂੰ ਆਪਾਂ ਕਿਵੇਂ ਪੜਾਂਗੇ ਦੇਖੋ ਇਹ ਹੈ 1/4 ਤਾਂ ਇਸ ਦਾ ਰੰਗਦਾਰ ਭਾਗ ਸ਼ੇਡੇਡ ਪਾਰਟ ਉਹ ਕਿੰਨਾ ਹੈ 1/4 ਤਾਂ ਹੁਣ ਦੇਖੋ ਇਸ ਦੇ ਨਾਲ ਹੀ ਇੱਕ ਕੁਐਸਚਨ ਆਪਾਂ ਹੋਰ ਕਰਾਂਗੇ ਦੇਖੋ ਰੰਗਦਾਰ ਭਾਗ ਦਾ ਤਾਂ ਆਪਾਂ ਨੂੰ ਪਤਾ ਲੱਗ ਗਿਆ ਉਹ 1/4 ਹੈ ਜੇਕਰ ਤੁਹਾਨੂੰ ਕੋਈ ਇਹ ਪੁੱਛਦਾ ਹੈ ਕਿ ਦਸੂਬਈ ਇਸ ਕੁਸਚਨ ਦੇ ਵਿੱਚ ਜਿਹੜਾ ਬਿਨਾ ਰੰਗਦਾਰ ਭਾਗ ਹੈ ਅਨਸ਼ੇਡਡ ਪੋਰਸ਼ਨ ਹੈ ਅਨਸ਼ੇਡਡ ਜਿਹੜੇ ਪਾਰਟਸ ਨੇ ਉਹ ਕਿੰਨੇ ਨੇ ਉਹ ਕਿੰਨਾ ਹੈ ਤਾਂ ਉਹ ਤੁਸੀਂ ਕਿਸ ਤਰ੍ਹਾਂ ਦੱਸਣਾ ਹੈ ਜਿਵੇਂ ਤੁਸੀਂ ਸ਼ੇਡਡਡ ਪਾਰਟ ਦੱਸਿਆ ਹੈ ਉਸੇ ਤਰੀਕੇ ਨਾਲ ਤੁਸੀਂ ਅਨਸ਼ੇਡਡ ਪਾਰਟ ਦੱਸ ਸਕਦੇ ਹੋ ਤਾਂ ਤੁਸੀਂ ਜਿੰਨੇ ਵੀ ਇਹਦੇ ਵਿੱਚ ਸਕੁਅਰ ਹਨ ਜਿਹੜੇ ਅਨਸ਼ੇਡਡ ਹਨ ਬਿਨਾ ਰੰਗਦਾਰ ਹਨ ਉਹਨਾਂ ਨੂੰ ਗਿਣ ਲਓ ਠੀਕ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇੱਕ ਲਾਈਨ ਲਗਾਵਾਂਗੇ ਥੱਲੇ ਕੀ ਲਿਖਾਂਗੇ ਥੱਲੇ ਹਮੇਸ਼ਾ ਹੀ ਜਿੰਨੇ ਟੋਟਲ ਮਤਲਬ ਹਿੱਸੇ ਹਨ ਉਹਨਾਂ ਨੂੰ ਤੁਸੀਂ ਨੀਚੇ ਲਿਖਣਾ ਹੈ ਤਾਂ ਟੋਟਲ ਸਕੁਅਰ ਕਿੰਨੇ ਹਨ 1 2 3 4 ਤਾਂ 4 ਨੂੰ ਆਪਾਂ ਨੀਚੇ ਲਿਖਾਂਗੇ ਜਿਹੜੀ ਚੀਜ਼ ਤੁਸੀਂ ਫਾਈਂਡ ਆਊਟ ਕਰਨੀ ਹੈ ਲੱਭਣੀ ਹੈ ਪਤਾ ਕਰਨੀ ਹੈ ਉਹਨੂੰ ਕੀ ਕਰੋਗੇ ਉੱਪਰ ਲਿਖੋਗੇ ਤਾਂ ਆਪਾਂ ਪਤਾ ਕਰਨਾ ਹੈ ਅਨ ਸ਼ੇਡਡ ਪਾਰਟ ਅਨ ਸ਼ੇਡਡ ਪਾਰਟ ਕਿੰਨਾ ਹੈ ਤਾਂ ਦੇਖੋ ਜਿੰਨੇ ਵੀ ਸਕੁਅਰ ਅਨ ਸ਼ੇਡਡ ਨੇ ਉਹ ਤੁਹਾਡਾ ਅਨ ਸ਼ੇਡਡ ਪਾਰਟ ਹੈ ਤਾਂ 1 2 3 ਉੱਪਰ ਮੈਂ ਕੀ ਲਿਖ ਦਾਂਗਾ ਤਿੰਨ ਲਿਖ ਦਾਂਗਾ ਤਾਂ ਇਹ ਆਪਣੇ ਕੋਲੇ ਦੋ ਆਨਸਰ ਆ ਗਏ ਜਿਹੜਾ ਪਹਿਲਾ ਆਨਸਰ ਹੈ ਉਹ ਕੀ ਹੈ ਰੰਗਦਾਰ ਭਾਗ ਹੈ ਉਹ ਰੰਗਦਾਰ ਇਸ ਕੁਐਸਚਨ ਦੇ ਵਿੱਚ ਜਿਹੜਾ ਰੰਗਦਾਰ ਭਾਗ ਕਿੰਨਾ ਹੈ 1/4 ਤੇ ਜਿਹੜਾ ਬਿਨਾਂ ਰੰਗਦਾਰ ਭਾਗ ਹੈ ਉਹ ਕਿੰਨਾ ਹੈ ਉਹ ਹੈ 3/4 ਐਸੀ ਤਰੀਕੇ ਨਾਲ ਆਪਾਂ ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ ਇਹਦੇ ਵਿੱਚ ਦੇਖੋ ਗੇਂਦਾਂ ਦਿੱਤੀਆਂ ਗਈਆਂ ਹਨ ਕਿੰਨੀਆਂ ਗੇਂਦਾਂ ਦਿੱਤੀਆਂ ਗਈਆਂ ਹਨ ਇਹ 7 ਗੇਂਦਾਂ ਹਨ 7 ਗੇਂਦਾਂ ਦੇ ਵਿੱਚੋਂ ਦੇਖੋ 3 ਗੇਂਦਾਂ ਨੂੰ ਮੈਂ ਰੰਗਦਾਰ ਕੀਤਾ ਹੋਇਆ ਹੈ ਤੇ ਜਿਹੜੀਆਂ 4 ਗੇਂਦਾਂ ਹਨ ਉਹ ਬਿਨਾਂ ਰੰਗਦਾਰ ਭਾਗ ਹੈ ਤਾਂ ਆਪਾਂ ਇਹਨਾਂ ਨੂੰ ਕਿਵੇਂ ਲਿਖਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇੱਕ ਲਾਈਨ ਲਗਾਣੀ ਹੈ ਟੋਟਲ ਕਿੰਨੀਆਂ ਗੇਂਦਾਂ ਹਨ ਉਹਨਾਂ ਨੂੰ ਆਪਾਂ نیچے ਲਿਖਣਾ ਹੈ ਹੁਣ ਜੇਕਰ ਮੈਂ ਕਹਾ ਕੀ ਦੱਸੋ ਬਈ ਇਹਨਾਂ 7 ਗੇਂਦਾਂ ਦੇ ਵਿੱਚੋਂ ਰੰਗਦਾਰ ਭਾਗ ਕਿੰਨਾ ਹੈ ਤਾਂ ਰੰਗਦਾਰ ਭਾਗ ਦੇਖੋ ਜੁਨੀਆਂ ਵੀ ਰੰਗਦਾਰ ਗੇਂਦਾਂ ਹਨ ਉਹ ਤੁਹਾਡਾ ਰੰਗਦਾਰ ਭਾਗ ਹੈ ਤਾਂ ਇਹਦੇ ਵਿੱਚ 3 ਗੇਂਦਾਂ ਰੰਗਦਾਰ ਹਨ ਤਾਂ 7 ਦੇ ਵਿੱਚੋਂ ਜਿਹੜੀਆਂ 3 ਗੇਂਦਾਂ ਰੰਗਦਾਰ ਹਨ ਤਾਂ ਰੰਗਦਾਰ ਭਾਗ ਕਿੰਨਾ ਆ ਗਿਆ 3/7 ਠੀਕ ਹੈ ਉਸ ਤੋਂ ਬਾਅਦ ਦੇਖੋ ਨੈਕਸਟ ਜਿਹੜਾ ਆਪਾਂ ਬਿਨਾ ਰੰਗਦਾਰ ਭਾਗ ਦੇਖਣਾ ਹੈ ਅਨਸ਼ੇਡਿਡ ਪੋਰਸ਼ਨ ਦੇਖਣਾ ਹੈ ਤਾਂ ਅਨਸ਼ੇਡਿਡ ਪੋਰਸ਼ਨ ਦੇਖਣ ਲਈ ਸਾਨੂੰ ਅਨਸ਼ੇਡਿਡ ਜਿਹੜੇ ਮਤਲਬ ਗੇਂਦਾਂ ਜਿਹੜੀਆਂ ਦੇਖਣੀਆਂ ਪੈਣਗੀਆਂ ਤਾਂ ਸਭ ਤੋਂ ਪਹਿਲਾਂ ਆਪਾਂ ਥੱਲੇ ਕੀ ਲਿਖਣਾ ਹੈ ਲਾਈਨ ਦੇ ਟੋਟਲ ਭਾਗ ਕਿੰਨੇ ਹਨ ਟੋਟਲ ਗੇਂਦਾਂ ਕਿੰਨੀਆਂ ਹਨ ਉਹ ਆਪਾਂ ਥੱਲੇ ਲਿਖਣਾ ਹੈ ਉਸ ਤੋਂ ਬਾਅਦ ਦੇਖੋ ਜਿਹੜੀਆਂ ਅਨਸ਼ੇਡਿਡ ਬਾਲਸ ਨੇ ਉਹ ਦੇਖਣੀਆਂ ਹਨ ਆਪਾਂ ਤਾਂ 1 2 3 4 ਚਾਰ ਨੂੰ ਆਪਾਂ ਉੱਪਰ ਲਿਖ ਦਾਂਗੇ ਤਾਂ 7 ਦੇ ਵਿੱਚੋਂ 4 ਗਿੰਦਾ ਜਿਹੜੀਆਂ ਹਨ ਉਹ ਬਿਨਾ ਰੰਗ ਦਾ ਰਹਨ ਅਨਸ਼ੈਡਡ ਹਨ ਤਾਂ ਜਿਹੜਾ ਅਨਸ਼ੈਡਡ ਹਿੱਸਾ ਆ ਗਿਆ ਉਹ ਕਿੰਨਾ ਆ ਗਿਆ 4/7 ਆ ਗਿਆ ਤਾਂ ਹੁਣ ਦੇਖੋ ਤੀਸਰੀ ਐਗਜ਼ਾਮਪਲ ਤੀਸਰੀ ਐਗਜ਼ਾਮਪਲ ਦੇ ਵਿੱਚ ਦੇਖੋ ਇੱਕ ਵਰਗ ਬਣਿਆ ਹੈ ਇਸ ਵਰਗ ਦੇ ਵਿੱਚ ਮੈਂ ਐਸ ਵਰਗ ਨੂੰ ਅੰਦਰਲੇ ਪਾਸਿਓ ਮੈਂ ਕੁਝ ਹਿੱਸਿਆਂ 'ਚ ਵੰਡਿਆ ਹੈ ਤਾਂ ਉਹ ਦੇਖੋ ਪਹਿਲਾਂ ਤਾਂ ਆਪਾਂ ਇਹ ਦੇਖਦੇ ਹਾਂ ਕਿ ਟੋਟਲ ਹਿੱਸੇ ਕਿੰਨੇ ਕਿੰਨਿਆਂ 'ਚ ਵੰਡਿਆ ਹੈ ਇਸ ਨੂੰ ਤਾਂ ਦੇਖੋ 1 2 3 4 5 6 7 8 ਤਾਂ ਵਰਗ ਨੂੰ ਅੰਦਰੋਂ ਮੈਂ 8 ਹਿੱਸਿਆਂ 'ਚ ਵੰਡਿਆ ਹੋਇਆ ਹੈ ਤਾਂ ਜੇਕਰ ਮੈਂ ਕਹਾ ਕਿ ਐਸ ਵਰਗ ਦਾ ਜਿਹੜਾ ਸ਼ੇਡੇਡ ਪਾਰਟ ਹੈ ਉਹ ਕਿੰਨਾ ਹੈ ਰੰਗਦਾਰ ਭਾਗ ਕਿੰਨਾ ਹੈ ਤਾਂ ਦੇਖੋ ਐਸ ਵਰਗ ਦੇ ਜਿੰਨੇ ਵੀ ਟੋਟਲ ਹਿੱਸੇ ਅੰਦਰੋਂ ਹੋ ਰਹੇ ਹਨ ਆਪਾਂ ਕੀ ਕਰਾਂਗੇ ਉਹ ਸਾਰੇ ਟੋਟਲ ਹਿੱਸਿਆਂ ਨੂੰ ਕੀ ਲਿਖਾਂਗੇ ਥੱਲੇ ਲਿਖਾਂਗੇ ਤਾਂ ਇਸ ਦੇ ਅੰਦਰੋਂ 8 ਹਿੱਸੇ ਬਣ ਰਹੇ ਹਨ 8 ਹੀ ਹਿੱਸੇ ਬਰਾਬਰ ਹਨ ਇਹ ਧਿਆਨ ਰੱਖਣਾ ਹੈ ਕਿ ਇਹ 8 ਦੇ 8 ਹਿੱਸੇ ਕੀ ਹਨ ਬਰਾਬਰ ਹਨ ਤੇ ਉੱਪਰਲੇ ਕੁਸਚਨਾਂ ਦੇ ਵਿੱਚ ਵੀ ਇਹ ਜਿਹੜੇ ਵਰਗ ਸੀ ਇਹ ਇੱਕੋ ਜਿਹੇ ਸੀ ਤੇ ਗਿੰਦਾ ਵੀ ਇੱਕੋ ਜਿਹੜੀਆਂ ਸਨ ਤਾਂ ਇਸ ਦੇ ਵਿੱਚ ਦੇਖੋ 8 ਬਰਾਬਰ ਹਿੱਸੇ ਹਨ ਇਨ੍ਹਾਂ 8 ਬਰਾਬਰ ਹਿੱਸਿਆਂ ਦੇ ਵਿੱਚੋਂ ਆਪਾਂ ਸ਼ੇਡੇਡ ਪਾਰਟ ਲੱਭਣਾ ਹੈ ਤਾਂ ਸ਼ੇਡੇਡ ਪਾਰਟ ਕਿੰਨਾ ਹੈ 1 2 3 ਤਾਂ ਤਿੰਨ ਜਿਹੜੇ ਹਨ ਉਹ ਸ਼ੇਡੇਡ ਪਾਰਟ ਜਿਹੜੇ ਪਾਰਟਸ ਹਨ ਇਹਨਾਂ ਦੇ ਰੰਗਦਾਰ ਹਿੱਸੇ ਹਨ ਤਾਂ ਜਿਹੜਾ ਪੂਰੇ ਵਰਗ ਦੇ ਵਿੱਚ ਰੰਗਦਾਰ ਹਿੱਸਾ ਆਪਾਂ ਦੱਸਣਾ ਹੋਵੇ ਕਿੰਨਾ ਹੈ ਤਾਂ ਉਹ ਹੈ 3/8 ਉਸ ਤੋਂ ਬਾਅਦ ਦੇਖੋ ਬਿਨਾਂ ਰੰਗਦਾਰ ਹਿੱਸਾ ਦੱਸਣਾ ਆਪਾਂ ਬਿਨਾਂ ਰੰਗਦਾਰ ਹਿੱਸਾ ਅਨ ਸ਼ੈਡੇਡ ਪਾਰਟ ਤਾਂ ਅਨ ਸ਼ੈਡੇਡ ਪਾਰਟ ਕਿੰਨਾ ਹੈ ਆਪਾਂ ਇਸ ਵਰਗ ਦੇ ਵਿੱਚ ਇਹ ਦੇਖੀਏ ਤਾਂ ਕੁੱਲ ਕਿੰਨੇ ਪਾਰਟ ਹਨ ਆਪਣੇ ਕੋਲੇ 8 ਪਾਰਟਸ ਹੈਗੇ ਹਨ ਅੱਠ ਹਿੱਸੇ ਹਨ ਟੋਟਲ ਆਪਣੇ ਕੋਲੇ ਤੇ ਇਹਨਾਂ ਅੱਠਾਂ ਹਿੱਸਿਆਂ ਦੇ ਵਿੱਚੋਂ ਜਿਹੜਾ ਅਨਸ਼ੈਡਿਡ ਪਾਰਟ ਹੈ ਉਹ ਕਿੰਨਾ ਹੈ 1 2 3 4 ਤੇ 5 ਤਾਂ ਜਿਹੜੇ 5 ਹਿੱਸੇ ਹਨ ਉਹ ਅਨਸ਼ੈਡਿਡ ਹਨ ਤਾਂ ਜੇਕਰ ਮੈਂ ਕਹਾ ਕਿ ਵਰਗ ਦੇ ਵਿੱਚ ਅਨਸ਼ੈਡਿਡ ਪਾਰਟ ਕਿੰਨਾ ਹੈ ਤਾਂ ਉਹ ਹੈ 5/8 ਤਾਂ ਹੁਣ ਇਹ ਤਿੰਨ ਐਗਜ਼ਾਮਪਲ ਜਦੋਂ ਆਪਾਂ ਕੀਤੀਆਂ ਹਨ ਤਾਂ ਉਹਨਾਂ ਐਗਜ਼ਾਮਪਲਸ ਨੂੰ ਕਰਨ ਤੋਂ ਬਾਅਦ ਆਪਾਂ ਨੂੰ ਕੁਝ ਸੰਖਿਆਵਾਂ ਨਜ਼ਰ ਆ ਰਹੀਆਂ ਹਨ ਉਹ ਸੰਖਿਆਵਾਂ ਕੀ ਹਨ ਉਹਨਾਂ ਨੂੰ ਇੱਕ ਵਾਰ ਆਪਾਂ ਪੜ੍ਹਦੇ ਹਾਂ ਤਾਂ ਪਹਿਲੀ ਸੰਖਿਆ ਹੈ 1/4 ਦੂਸਰੀ ਸੰਖਿਆ ਹੈ 3/4 ਇਧਰ ਦੇਖੋ ਅੱਗੇ ਹੈ 3/7 ਫਿਰ ਹੈ 4/7 3/8 5/8 ਇਹ ਮੈਂ ਜਿੰਨੀਆਂ ਵੀ ਸੰਖਿਆਵਾਂ ਬੋਲੀਆਂ ਹਨ ਇਹ ਸਾਰੀਆਂ ਦੀਆਂ ਸਾਰੀਆਂ ਸੰਖਿਆਵਾਂ ਹੀ ਪਿਨਾਤਮਕ ਸੰਖਿਆਵਾਂ ਹਨ ਫ੍ਰੈਕਸ਼ਨ ਨੰਬਰਸ ਹਨ ਤਾਂ ਜਿਹੜੀਆਂ ਵੀ ਸੰਖਿਆਵਾਂ ਤੁਹਾਨੂੰ बटे ਦੇ ਵਿੱਚ ਨਜ਼ਰ ਆਣ ਉਹ ਸਾਰੀਆਂ ਹੀ ਕੀ ਹੋਣਗੀਆਂ ਪਿਨਾਤਮਕ ਸੰਖਿਆਵਾਂ ਹੋਣਗੀਆਂ ਤਾਂ ਪਿਨਾਤਮਕ ਸੰਖਿਆਵਾਂ ਦੇ ਆਧਾਰ ਤੇ ਤੁਹਾਨੂੰ ਅੱਗੇ ਚੈਪਟਰ ਦੇ ਵਿੱਚ ਬਹੁਤ ਸਾਰੇ ਕੁਐਸਚਨਸ ਪੁੱਛੇ ਜਾਣਗੇ ਤਾਂ ਕੁਝ ਕੁਐਸਚਨਸ ਆਪਾਂ ਹੁਣ ਕਰਦੇ ਹਾਂ ਤੇ ਅੱਗੇ ਦੇਖਦੇ ਹਾਂ ਵੀ ਇਸ ਤੇ ਆਧਾਰ ਤੇ ਤੁਹਾਨੂੰ ਕੀ ਕੁਝ ਅੱਗੇ ਪੁੱਛਿਆ ਜਾ ਸਕਦਾ ਹੈ ਤਾਂ ਆਪਣੇ ਕੋਲੇ ਦੇਖੋ ਇਹ ਦੋ ਐਗਜ਼ਾਮਪਲਸ ਹਨ ਮੈਂ ਪਹਿਲੀ ਐਗਜ਼ਾਮਪਲ ਦੇਖ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਆਹ ਦੇਖੋ ਇੱਥੇ ਤੁਹਾਨੂੰ ਕੁਝ ਗਿੰਦਾ ਨਜ਼ਰ ਆ ਰਹੀਆਂ ਹਨ 12 ਗਿੰਦਾ ਹਨ ਇਹ ਤੇ ਸਾਹਮਣੇ ਲਈ ਦੇਖੋ ਇੱਕ ਸੰਖਿਆ ਲਿਖਿਆ ਪਿਨਾਤਮਕ ਸੰਖਿਆ ਉਹ ਸੰਖਿਆ ਕਿਹੜੀ ਹੈ 7/12 ਤਾਂ ਆਪਾਂ ਕੀ ਕਰਨਾ ਹੈ ਆਪਾਂ 7/ ਜਿਹੜੀ 12 ਪਿਨਾਤਮਕ ਸੰਖਿਆ ਹੈ ਉਸ ਨੂੰ ਇਸ ਬਾਕਸੇ ਦੇ ਵਿੱਚ ਦਰਸਾਉਣਾ ਹੈ ਉਹ ਕਿਸ ਤਰ੍ਹਾਂ ਦਰਸਾ ਸਕਦੇ ਹਾਂ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਦਿਖਾ ਸਕਦੇ ਹਾਂ ਯਾਨੀ ਕਿ ਐਕਸ ਇਸ ਬਾਕਸ ਦੇ ਵਿੱਚ ਆਪਾਂ ਇਹੋ ਜਿਹਾ ਕੀ ਕਰੀਏ ਕਿ ਜਿਹੜੀ ਇਹਦੀ ਜਿਹੜੀ ਫ੍ਰੈਕਸ਼ਨ ਹੈ ਉਹ 7/12 ਬਣ ਜੇ ਆਪਾਂ ਕਿੰਨੀਆਂ ਇਹੋ ਜੀਆਂ ਗੇਂਦਾਂ ਨੂੰ ਰੰਗ ਕਰੀਏ ਤਾਂ ਆਪਾਂ ਨੂੰ ਪਤਾ ਹੈ ਦੇਖੋ ਥੱਲੇ ਕੀ ਹਨ ਟੋਟਲ 12 12 ਗੇਂਦਾਂ ਦੇ ਵਿੱਚੋਂ ਆਪਾਂ 7 ਗੇਂਦਾਂ ਨੂੰ ਰੰਗ ਕਰਨਾ ਹੈ ਤਾਂ ਇਹ 12 ਗੇਂਦਾਂ ਹੀ ਹਨ ਤਾਂ ਆਪਾਂ 12 ਗੇਂਦਾਂ 'ਚੋਂ 7 ਗੇਂਦਾਂ ਨੂੰ ਕੀ ਕਰ ਦਾਂਗੇ ਰੰਗ ਕਰ ਦਾਂਗੇ ਤਾਂ ਦੇਖੋ ਇਹ 7 ਗੇਂਦਾਂ ਨੂੰ ਆਪਾਂ ਰੰਗ ਕਰਤਾ ਤਾਂ ਇਹ ਜਿਹੜੀ ਭਿੰਨ ਹੈ ਉਹ 7/12 ਬਣ ਗਈ ਯਾਨੀ ਕਿ ਐਦਰ ਵੀ ਤੁਹਾਨੂੰ 7/12 ਨਜ਼ਰ ਆ ਰਿਹਾ ਹੈ ਸ਼ੈਡੇਡ ਪੋਰਸ਼ਨ ਤੇ ਇਸ ਦੇ ਸਾਹਮਣੇ ਵੀ 7/12 ਹੀ ਲਿਖਿਆ ਹੈ ਤਾਂ ਆਪਾਂ ਨੂੰ 7/12 ਬਣਾਉਣ ਲੱਗਿਆ ਕਿੰਨੀਆਂ ਗਿੰਦਾਂ ਨੂੰ ਰੰਗ ਕਰਨਾ ਪਿਆ 7 ਗਿੰਦਾਂ ਨੂੰ ਤਾਂ ਆਪਣਾ ਆਨਸਰ ਕੀ ਆਇਆ 7 ਠੀਕ ਹੈ ਦੂਸਰੀ ਐਗਜ਼ਾਮਪਲ ਦੇਖੋ ਥੋੜੀ ਜੀ ਮੁਸ਼ਕਲ ਐਗਜ਼ਾਮਪਲ ਹੈ ਤਾਂ ਦੇਖੋ ਧਿਆਨ ਨਾਲ ਆਪਾਂ ਕੀ ਕਰਨਾ ਹੈ ਆਪਾਂ ਇਸ ਨੂੰ 1/3 ਫ੍ਰੈਕਸ਼ਨ ਦੇ ਵਿੱਚ ਰੰਗ ਕਰਨਾ ਹੈ 1/3 ਫ੍ਰੈਕਸ਼ਨ ਤਾਂ ਹੁਣ ਦੇਖੋ ਥੱਲੇ ਕੀ ਲਿਖਿਆ ਹੈ 3 ਲਿਖਿਆ ਹੈ ਪਰ ਗੇਂਦਾਂ ਕਿੰਨੀਆਂ ਹਨ 12 ਹਨ ਤਾਂ ਥੱਲੇ ਤਾਂ ਫਿਰ ਟੋਟਲ ਹੋਣਾ ਚਾਹੀਦਾ ਸੀ ਤਾਂ ਇੱਥੇ ਟੋਟਲ 12 ਨਹੀਂ ਦਿੱਤਾ ਗਿਆ ਆਪਾਂ ਨੂੰ ਆਪਾਂ ਨੂੰ ਥੱਲੇ ਕੀ ਦਿੱਤਾ ਗਿਆ ਹੈ 3 ਦਿੱਤਾ ਗਿਆ ਹੈ ਤਾਂ ਆਪਾਂ ਇਸ ਵਿੱਚ 1/3 ਫ੍ਰੈਕਸ਼ਨ ਨੂੰ ਦਰਸਾਉਣਾ ਹੈ ਤਾਂ ਉਹ ਦੇਖੋ ਕਿਸ ਤਰੀਕੇ ਨਾਲ ਦਰਸਾ ਸਕਦੇ ਹਾਂ ਆਪਾਂ ਕਿੰਨੀਆਂ ਗੇਂਦਾਂ ਨੂੰ ਮੈਂ ਕਾਲਾ ਕਰਾਂ ਯਾਨੀ ਕਿ ਰੰਗਦਾਰ ਬਣਾਵਾਂ ਕਿ ਇਹ 1/3 ਫ੍ਰੈਕਸ਼ਨ ਬਣ ਜੇ ਤਾਂ ਦੇਖੋ ਤੁਹਾਨੂੰ ਦੱਸਿਆ ਸੀ ਵੀ ਨੀਚੇ ਕੀ ਲਿਖਿਆ ਹੈ 3 ਤੁਸੀਂ ਬਸ ਇਸ ਨੂੰ ਹੀ ਧਿਆਨ ਚ ਰੱਖਣਾ ਹੈ 3 ਦੇ ਵਿੱਚੋਂ ਆਪਾਂ ਇੱਕ ਗੇਂਦ ਜਿਹੜੀ ਹੈ ਉਹ ਕਾਲੀ ਕਰਨੀ ਹੈ ਉਸ ਨੂੰ ਰੰਗਦਾਰ ਬਣਾਉਣਾ ਹੈ ਤਾਂ ਦੇਖੋ ਇਸ ਦੇ ਵਿੱਚੋਂ 3 ਗੇਂਦਾਂ ਲੈ ਲਓ ਪਹਿਲਾਂ 1 2 3 12 ਗੇਂਦਾਂ ਨੂੰ ਨਹੀਂ ਸੋਚਣਾ ਤੁਸੀਂ ਤੁਸੀਂ ਸਿਰਫ 3 ਗੇਂਦਾਂ ਨੂੰ ਸੋਚਣਾ ਹੈ ਆ 3 ਗੇਂਦਾਂ ਆਪਾਂ ਲੈ ਲਈਆਂ ਇਹਨਾਂ 3 ਗੇਂਦਾਂ ਦੇ ਵਿੱਚੋਂ ਆਪਾਂ ਇੱਕ ਗੇਂਦ ਨੂੰ ਕੀ ਕਰਨਾ ਹੈ ਰੰਗ ਕਰ ਦੇਣਾ ਹੈ ਤਾਂ ਆਪਣੇ ਕੋਲੇ ਯਾਨੀ ਕਿ ਇਸ ਤਰੀਕੇ ਨਾਲ ਆਪਾਂ ਇਸ ਨੂੰ ਰੰਗ ਕਰਤਾ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਆਪਾਂ ਤਿੰਨ ਗਿੰਦਾਂ ਹੋਰ ਲੈ ਲੈਨੇ ਆ 1 2 3 ਇਹਨਾਂ ਤਿੰਨ ਗਿੰਦਾਂ ਦੇ ਵਿੱਚੋਂ ਫਿਰ ਆਪਾਂ ਇੱਕ ਗੇਂਦ ਨੂੰ ਕੀ ਕਰ ਦਾਂਗੇ ਰੰਗ ਕਰ ਦਾਂਗੇ ਠੀਕ ਐ ਐਸੇ ਤਰੀਕੇ ਨਾਲ ਤਿੰਨ-ਤਿੰਨ ਦੇ ਆਪਾਂ ਜੋੜੇ ਲਈ ਜਾਵਾਂਗੇ ਥੱਲੇ ਵੀ ਦੇਖੋ 1 2 3 ਤਾਂ ਇਹਨਾਂ ਤਿੰਨ ਗਿੰਦਾਂ ਦੇ ਵਿੱਚੋਂ ਇੱਕ ਗੇਂਦ ਜਿਹੜੀ ਹੈ ਆਪਾਂ ਉਹ ਰੰਗ ਕਰ ਦਾਂਗੇ ਕਿਉਂਕਿ ਤਿੰਨ ਦੇ ਵਿੱਚੋਂ ਆਪਾਂ ਇੱਕ ਗੇਂਦ ਨੂੰ ਰੰਗ ਕਰ ਸਕਦੇ ਆ ਠੀਕ ਐ ਤਾਂ ਆਪਣੀ ਜਿਹੜੀ ਫ੍ਰੈਕਸ਼ਨ ਹੈ ਉਹ 1/3 ਬਣੀ ਰਹੇਗੀ ਤਾਂ ਉਸ ਤੋਂ ਬਾਅਦ ਦੇਖੋ ਆ ਤਿੰਨ ਗਿੰਦਾ ਫੇਰ ਬਚੀਆਂ ਹਨ ਇਹਨਾਂ ਤਿੰਨ ਗਿੰਦਾਂ ਦੇ ਵਿੱਚੋਂ ਵੀ ਆਪਾਂ ਇੱਕ ਗਿੰਦ ਕੋਈ ਵੀ ਗਿੰਦ ਨੂੰ ਤੁਸੀਂ ਰੰਗ ਕਰ ਸਕਦੇ ਹੋ ਦੇਖੋ ਤਾਂ ਮੈਂ ਇਸ ਗਿੰਦ ਨੂੰ ਰੰਗ ਕਰ ਦਿੰਦਾ ਹਾਂ 12 ਗਿੰਦਾਂ ਦੇ ਵਿੱਚੋਂ ਜੇਕਰ ਮੈਂ 1/3 ਫ੍ਰੈਕਸ਼ਨ ਨੂੰ ਦਰਸਾਣਾ ਹੋਵੇ ਤਾਂ ਮੈਨੂੰ ਕਿੰਨੀਆਂ ਗਿੰਦਾਂ ਨੂੰ ਕਾਲਾ ਕਰਨਾ ਪਏਗਾ ਮੈਨੂੰ 1 2 3 ਤੇ 4 ਗਿੰਦਾਂ ਦੇ ਵਿੱਚ ਰੰਗ ਪਰਨੇ ਪੈਣਗੇ ਉਹਨਾਂ ਨੂੰ ਚਾਰ ਗਿੰਦਾਂ ਨੂੰ ਆਪਾਂ ਕਾਲਾ ਕਰਤਾ ਹੈ ਤਾਂ ਗਿੰਦਾ ਕਿੰਨੀਆਂ ਕਾਲੀਆਂ ਕੀਤੀਆਂ ਹਨ ਕਿੰਨੀਆਂ ਗਿੰਦਾ ਦੇ ਵਿੱਚ ਰੰਗ ਭਰਿਆ ਹੈ ਚਾਰ ਗਿੰਦਾ ਦੇ ਵਿੱਚ ਤਾਂ ਜਿਹੜਾ ਆ ਤੁਹਾਨੂੰ ਬਾਕਸ ਨਜ਼ਰ ਆ ਰਿਹਾ ਹੈ ਇਹ 1/3 ਜਿਹੜੀ ਫ੍ਰੈਕਸ਼ਨ ਨੰਬਰ ਹੈ ਉਸ ਨੂੰ ਦਰਸਾ ਰਿਹਾ ਹੈ 12 ਦੇ ਵਿੱਚੋਂ ਦੇਖੋ ਚਾਰ ਗਿੰਦਾ ਨੂੰ ਜੇਕਰ ਆਪਾਂ ਰੰਗ ਭਰ ਦਿੰਨੇ ਆ ਤਾਂ ਚਾਰ ਗਿੰਦਾ 12 ਦੇ ਵਿੱਚੋਂ 12 ਦੇ ਵਿੱਚੋਂ ਚਾਰ ਗਿੰਦਾ ਨੂੰ ਜਦੋਂ ਆਪਾਂ ਰੰਗ ਭਰ ਦਿੰਨੇ ਆ ਤਾਂ ਇਹ ਕੀ ਦੇ ਬਰਾਬਰ ਹੈ ਇਹ 1/3 ਫ੍ਰੈਕਸ਼ਨ ਦੇ ਬਰਾਬਰ ਹੈ ਅੱਗੇ ਜਾ ਕੇ ਆਪਾਂ ਨਾ ਤੁਲਪਿਨਾ ਕਰਨੀਆਂ ਹਨ ਉਹਦੇ ਵਿੱਚ ਤੁਹਾਨੂੰ ਇਸ ਬਾਰੇ ਇਹਦਾ ਰਿਲੇਸ਼ਨ ਦੱਸਾਂਗੇ ਕਿ ਇਹਦਾ ਕੀ ਰਿਲੇਸ਼ਨ ਹੈ 4/12 ਇਹ 1/3 ਦੇ ਕਿਸ ਤਰੀਕੇ ਨਾਲ ਬਰਾਬਰ ਹੈ ਇੱਕ ਵਾਰ ਤੁਸੀਂ ਇੰਨਾ ਹੀ ਸਮਝੋ ਕਿ ਜਿਹੜੀਆਂ ਆਪਾਂ 12 ਦੇ ਵਿੱਚੋਂ 4 ਗਿੰਦਾਂ ਨੂੰ ਕਲਰ ਕੀਤਾ ਹੈ ਉਹ ਜਿਹੜੀਆਂ 4 ਗਿੰਦਾਂ ਹਨ ਉਹ 1/3 ਫ੍ਰੈਕਸ਼ਨ ਨੂੰ ਦਰਸਾ ਰਹੀਆਂ ਹਨ ਅੱਜ ਲਈ ਸਿਰਫ ਇੰਨਾ ਹੀ ਇਹ ਸੀ ਵੀਡੀਓ ਦਾ ਪਹਿਲਾ ਭਾਗ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇੱਕ ਕੰਮ ਜਿਹੜਾ ਮੈਨੂੰ ਯਾਦ ਆ ਰਿਹਾ ਹੈ ਉਹ ਕੀ ਹੈ ਦੇਖੋ ਹੋਮਵਰਕ ਰਹਿ ਗਿਆ ਆਪਣਾ ਤਾਂ ਜਿਕਰ ਮੈਂ ਹੋਮਵਰਕ ਦੀ ਗੱਲ ਕਰਾਂ ਤਾਂ ਤੁਹਾਡਾ ਜਿਹੜਾ ਅੱਜ ਦਾ ਹੋਮਵਰਕ ਰਹੇਗਾ ਉਹ ਕੀ ਰਹੇਗਾ ਐਕਸਰਸਾਈਜ਼ 4.1 ਯਾਨੀ ਕਿ 4.1 ਇਹ ਸਾਰੀ ਦੀ ਸਾਰੀ ਐਕਸਰਸਾਈਜ਼ ਤੁਸੀਂ ਹੈ ਉਹ ਬੜੀ ਹੀ ਆਸਾਨੀ ਨਾਲ ਇਹਨਾਂ ਦੇ ਸਾਰੇ ਕੁਐਸਚਨ ਤੁਸੀਂ ਕਰ ਸਕਦੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨ